ਤੋ ਆਪ ਲੋਗੋ ਪੰਜਾਬ ਸੈਂਸੈਨ ਨਏ ਗੰਦਮ 2024 ਕੀ ਕੀਮਤ ਕਾ ਹਵਾਲੇ ਸੇ ਆਗਾਹ ਕਰਨੇ ਲੱਗੇ ਹਾਂ। ਤੋ ਦੇਖਾ ਜਾਏ ਪੰਜਾਬ ਸੈਂਸ ਕੇ ਅੰਦਰ ਪਿਛਲੇ 2 ਸੇ 3 ਦਿਨ ਕੇ ਅੰਦਰ ਗੰਦਮ ਕੀ ਕੀਮਤ ਮੇ ਮੰਦੀ ਕਰ ਜਾਨ ਦੇਖਾ ਜਾ ਰਿਹਾ ਹੈ ਔਰ ਆਜ ਵੀ ਗੰਦਮ ਕੇ ਰੇਟ ਮੇ ਮੰਦੀ ਕਰ ਜਾਨ ਦੇਖਾ ਜਾ ਰਿਹਾ ਹੈ। ਤੋ ਪਿਆਰੇ ਦੋਸਤੋ ਅਸਲਾਮ ਵਾਲੇਕੁਮ, ਬਿਜ਼ਨਸ ਆਈਡੀਆ ਚੈਨਲ ਪਰ ਆਪ ਸਭੀ ਕੋ ਖੁਸ਼ ਆਮਦੀਦ ਕਹਤੇ ਹੈ। ਵੀਡੀਓ ਸ਼ੁਰੂ ਕਰਨੇ ਸੇ ਪਹਿਲੇ ਜੋ ਦੋਸਤ ਵੀ ਚੈਨਲ ਪੇ ਨਿਊ ਆ ਰਹੇ ਹੈ ਚੈਨਲ ਕੋ ਸਬਸਕ੍ਰਾਈਬ ਕਰ ਦੇ, ਵੀਡੀਓ ਪਸੰਦ ਆ ਲਾਈਕ ਕਰ ਦੇ, ਸ਼ੇਅਰ ਕਰ ਦੇ। ਤੋ ਆਪ ਲੋਗੋ ਗੰਦਮ ਕੇ ਕੀਮਤ ਕੇ ਹਵਾਲੇ ਸੇ ਆਗਾਹ ਕਰਨੇ ਲੱਗੇ ਹੈ। ਆਜ ਪੰਜਾਬ ਔਰ ਸਿੰਧ ਕੇ ਅੰਦਰ ਗੰਦਮ ਕੇ ਰੇਟ ਮੇ ਮੰਦੀ ਕਰ ਜਾਨ ਦੇਖਾ ਜਾ ਰਿਹਾ। ਤੋ ਦੇਖਾ ਜਾਏ ਪਿਛਲੇ 2 ਸੇ 3 ਦਿਨ ਕੇ ਅੰਦਰ ਗੰਦਮ ਕੇ ਰੇਟ ਮੇ ਨੁਮਾਇਆ ਕਮੀ ਦੇਖੀ ਜਾ ਰਹੀ ਹੈ। ਤੋ ਅਗਰ ਗੰਦਮ ਕੇ ਕੀਮਤ ਕੇ ਹਵਾਲੇ ਸੇ ਬਾਤ ਕਰੇ ਤੋ ਆਜ ਸਿੰਧ ਕੇ ਮੁਖਤਲਿਫ ਸ਼ਹਿਰਾਂ ਮੇ ਗੰਦਮ ਕੀ ਕੀਮਤ 2850 ਰੁਪਏ ਸੇ ਲੇਗਾ 3150 ਰੁਪਏ 40 ਕਿਲੋ ਕੇ ਹਿਸਾਬ ਸੇ ਸੇਲ ਹੋ ਰਹੀ ਹੈ। ਔਰ ਹੈਦਰਾਬਾਦ ਗੱਲਾਂ ਮੰਡੀ ਕੇ ਅੰਦਰ ਆਜ ਗੰਦਮ 7800 ਰੁਪਏ ਸੇ ਲੇਗਾ 7900 ਰੁਪਏ 102 ਕਿਲੋ ਕੇ ਹਿਸਾਬ ਸੇ। ਔਰ ਕਰਾਚੀ ਗੱਲਾਂ ਮੰਡੀ ਕੇ ਅੰਦਰ ਆਜ ਗੰਦਮ 7900 ਰੁਪਏ ਸੇ ਲੇਗਾ 8000 ਰੁਪਏ ਮੇ 102 ਕਿਲੋ ਕੇ ਹਿਸਾਬ ਸੇ ਸੇਲ ਹੋ ਰਹੀ ਹੈ। ਔਰ ਪੰਜਾਬ ਕੇ ਅੰਦਰ ਵੀ ਗੰਦਮ ਕੇ ਕੀਮਤ ਕੇ ਹਵਾਲੇ ਸੇ ਬਾਤ ਕੀ ਜਾਏ ਤੋ ਪੰਜਾਬ ਕੇ ਅੰਦਰ ਵੀ ਆਜ ਗੰਦਮ ਕੇ ਰੇਟ ਮੇ ਮੰਦੀ ਕਰ ਜਾਨ ਦੇਖਾ ਜਾ ਰਿਹਾ ਹੈ। ਆਜ ਪੰਜਾਬ ਕੇ ਮੁਖਤਲਿਫ ਸ਼ਹਿਰਾਂ ਮੇ ਗੰਦਮ 2800 ਰੁਪਏ ਸੇ ਲੇਗਾ 2900 ਰੁਪਏ ਤੱਕ ਸੇਲ ਹੋ ਰਹੀ ਹੈ। ਔਰ ਲਾਹੌਰ ਗੱਲਾਂ ਮੰਡੀ ਕੇ ਅੰਦਰ ਆਜ ਗੰਦਮ 2950 ਰੁਪਏ ਸੇ ਲੇਗਾ 3000 ਰੁਪਏ ਮੇ ਫਰੋਖਤ ਹੋ ਰਹੀ ਹੈ। ਔਰ ਰਾਵਲਪਿੰਡੀ ਔਰ ਇਸਲਾਮਾਬਾਦ ਮੇ ਆਜ ਗੰਦਮ 3050 ਰੁਪਏ ਸੇ ਲੇਗਾ 3100 ਰੁਪਏ ਤੱਕ ਸੇਲ ਹੋ ਰਹੀ ਹੈ। ਔਰ ਇਨਸ਼ਾਅੱਲਾ ਦੇਖਾ ਜਾਏ ਯੇ ਗੰਦਮ ਕੇ ਰੇਟ ਮੇ ਜੋ ਕਮੀ ਕਰ ਜਾਨ ਦੇਖਾ ਜਾ ਰਿਹਾ ਹੈ ਯੇ ਆਰਜ਼ੀ ਤੌਰ ਪਰ ਦੇਖਾ ਜਾ ਰਿਹਾ ਹੈ। ਔਰ ਆਉਣੇ ਵਾਲੇ ਦਿਨਾਂ ਮੇ ਫਿਰ ਸੇ ਗੰਦਮ ਮਾਰਕੀਟ ਮੇ ਤੇਜ਼ੀ ਕਰ ਜਾਨ ਸ਼ੁਰੂ ਹੋ ਜਾਏਗਾ।